ਹਾਲ ਚਾਲ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਬਹੁਤ ਵਧੀਆ ਹੋਵੋਗੇ ਸਤਿ ਸ਼੍ਰੀ ਅਕਾਲ ਸੈਨੂਰ ਹਾਂਜੀ ਮਲਕੋ ਕਿੱਦਾਂ ਠੀਕ ਹੋ ਹਾਂਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਪੁਰਾਣੇ ਵਲੌਗਸ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਥੈਂਕ ਯੂ ਵੈਰੀ ਮੱਚ ਤੇ ਆਪਾਂ ਪੂਰੀ ਕੋਸ਼ਿਸ਼ ਦੇਖਿਆ ਕਰ ਰਹੇ ਹਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕੋਸ਼ਿਸ਼ ਹੁਣ ਪੂਰੀ ਕਿ ਆਪਾਂ ਐਕਟਿਵ ਰਹੀਏ ਕਿਉਂਕਿ ਵਾਕਈ ਬਹੁਤ ਅੱਛਾ ਲੱਗ ਰਿਹਾ ਹੁਣ ਸਾਨੂੰ ਵੀ ਵਲੌਗ ਬਣਾ ਕੇ ਤੇ ਤੁਹਾਨੂੰ ਦੇਖ ਕੇ ਥੈਂਕ ਯੂ ਸੋ ਮੱਚ ਤੇ ਚਲੋ ਫਿਰ ਦੇਖਦੇ ਹਾਂ ਅੱਜ ਵਲੌਗ 'ਚ ਤੁਹਾਨੂੰ ਕੀ ਦੇਖਣ ਨੂੰ ਮਿਲਦਾ ਨਿਊਮਰੋਲੋਜੀ ਉਹਦਾ ਸਾਰਾ ਕੁਛ ਬਹੁਤ ਅੱਛਾ ਸੀਗਾ ਬਹੁਤ ਅੱਛਾ ਸੀ ਪਰ ਕਈ ਵਾਰੀ ਕੀ ਹੁੰਦਾ ਸਾਡੇ ਨਾਮ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ ਅਤੇ ਮੈਂ ਨਾ ਜਦੋਂ ਉਹਦਾ ਨਾਮ ਚੈੱਕ ਕੀਤਾ ਮੈਂ ਕਿਹਾ ਯਾਰ ਇਹ 'ਚ ਤਾਂ ਪੰਗਾ ਹੈ ਨਾਮ 'ਚ ਥੋੜ੍ਹਾ ਜਿਹਾ ਨਾਮ ਚੇਂਜ ਕਰਨਾ ਲੀਗਲ ਨਹੀਂ ਚੇਂਜ ਕਰਨਾ ਹੁੰਦਾ ਬਸ ਉਹ ਉੱਥੇ ਚੇਂਜ ਕਰਨਾ ਜੋ ਤੁਸੀਂ ਚੀਜ਼ ਡੇਲੀ ਦੇਖਦੇ ਹੋ ਜਿੱਦਾਂ ਕਿ ਇੰਸਟਾਗ੍ਰਾਮ ਆਪਾਂ ਰੋਜ਼ ਦੇਖਦੇ ਹਾਂ ਹੈ ਨਾ ਉਸ ਕੁੜੀ ਦਾ ਨਾ ਮੈਂ ਨਾਮ ਚੇਂਜ ਕੀਤਾ ਦੈਨ ਉਹ ਕਹਿ ਲਓ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਸਟਾਈਲਿਸਟ ਆ ਅਤੇ ਉਹਨੂੰ ਉਹਦਾ ਨਾਮ ਚੇਂਜ ਕੀਤਾ ਕੰਮ ਕਹਿੰਦੇ ਮੈਨੂੰ ਮਿਲਦਾ ਆ ਐਸੀ ਗੱਲ ਨਹੀਂ ਕੰਮ ਨਹੀਂ ਮਿਲਦਾ ਕੰਮ ਮਿਲਦਾ ਪਰ ਇੱਕ ਸਟੇਬਿਲਿਟੀ ਨਹੀਂ ਹੈਗੀ ਅਤੇ ਉਹਦਾ ਨਾਮ ਚੇਂਜ ਕੀਤਾ ਠੀਕ ਹੈ ਨਾਮ ਇੱਦਾਂ ਨਹੀਂ ਕਿ ਪੂਰਾ ਚੇਂਜ ਕਰਤਾ ਕੁਛ ਅਕਸ਼ਰ ਐਡ ਕੀਤੇ ਘਟਾਏ ਵਧਾਏ ਇੱਦਾਂ ਕੁਛ ਕੀਤਾ ਜਿੱਦਾਂ ਏ ਦੀ ਜਗ੍ਹਾ ਡਬਲ ਏ ਕਰਤਾ ਹਾਂ ਬਸ ਇੱਦਾਂ ਦਾ ਕੁਛ ਕੀਤਾ ਸੀ ਉਹ ਉਹ ਕੀਤਾ ਉਹਦਾ ਚੇਂਜ ਅਤੇ ਅੱਜ ਮੈਂ ਸਟੋਰੀ ਵੀ ਪਾਈ ਆ ਉਹਨੂੰ ਦਿਲਜੀਤ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹਲੇ ਮਤਲਬ ਉਹਨੇ ਕਰਨਾ ਆ ਹਲੇ ਕੀਤਾ ਨਹੀਂ ਕਰਨਾ ਆ ਉਹਨੂੰ ਮੌਕਾ ਮਤਲਬ ਮਿਲ ਗਿਆ ਆ ਅਤੇ ਕਿੰਨੀ ਵੱਡੀ ਗੱਲ ਆ ਮਤਲਬ ਬਿਲਕੁਲ ਹੀ ਲਾਈਫ ਚੇਂਜ ਹੋ ਗਈ ਇੱਕਦਮ ਕਹਿੰਦੀ 15 ਤਰੀਕ ਨੂੰ ਉਹਦਾ ਨਾਮ ਆਪਾਂ ਚੇਂਜ ਕੀਤਾ ਸੀ ਮੈਂ ਅਤੇ ਅੱਜ ਮੈਂ ਉਹਨੂੰ ਖੁਦ ਮੈਸੇਜ ਕੀਤਾ ਮੈਂ ਕਿਹਾ ਪੁੱਛਾਂ ਕੀ ਚੇਂਜਸ ਨਜ਼ਰ ਆਏ ਕੀ ਨਹੀਂ ਅਤੇ ਉਹਨੇ ਜਦੋਂ ਦੱਸਿਆ ਮੈਨੂੰ ਮੈਂ ਕਿਹਾ ਵਾਹ ਯਾਰ ਵੈਰੀ ਨਾਈਸ ਇਹ ਤਾਂ ਬਹੁਤ ਵਧੀਆ ਹੋ ਗਿਆ ਹੁਣ ਪਹਿਲਾਂ ਕੀ ਸੀਗਾ ਮੈਂ ਸਿਰਫ ਡੇਟ ਆਫ ਬਰਥ ਦੇਖ ਰਹੀ ਸੀਗੀ ਅਤੇ ਹੁਣ ਮੈਂ ਨਾਮ ਵੀ ਦੇਖ ਰਹੀ ਹਾਂ ਕਿ ਜਿੱਥੇ ਜਿਹਨੂੰ ਲੋੜ ਆ ਉੱਥੇ ਆਪਾਂ ਕਰੀਏ ਉਹਦੀ ਹੈਲਪ ਹੈ ਨਾ ਅਤੇ ਸਾਰਾ ਕੁਛ ਚੈੱਕ ਕਰਕੇ ਇੱਦਾਂ ਅਤੇ ਬੜਾ ਵਧੀਆ ਲੱਗਿਆ ਮੈਨੂੰ ਅੱਜ ਸੁਣ ਕੇ ਕਿ ਵਾਓ ਯਾਰ ਮੈਂ ਖੁਸ਼ ਹੋ ਗਈ ਜਿੱਦਾਂ ਮੈਨੂੰ ਕੰਮ ਮਿਲ ਗਿਆ ਦਿਲਜੀਤ ਨਾਲ ਹੱਦੋਂ ਸੋ ਬੜੀ ਵਧੀਆ ਖੁਸ਼ੀ ਮਿਲੀ ਅਤੇ ਹੁਣ ਆਪਾਂ ਫਿਲਹਾਲ ਜਾ ਰਹੇ ਹਾਂ ਅੱਜ ਮਾਡਲ ਟਾਊਨ ਅਤੇ ਕੁਛ ਚੀਜ਼ਾਂ ਮੈਂ ਉਸ ਦਿਨ ਸ਼ੋਪਿੰਗ 'ਚ ਜਿਹੜੀਆਂ ਲਈਆਂ ਸੀ ਉਹ ਚੇਂਜ ਕਰਾਉਣੀਆਂ ਦੋ ਕੁ ਚੀਜ਼ਾਂ ਅਤੇ ਉਸ ਤੋਂ ਇਲਾਵਾ ਆਪਾਂ ਅੱਜ ਫਰੈਂਡਸ ਨੂੰ ਮਿਲਣਾ ਆ ਅਤੇ ਮਿਲਾਂਗੇ ਫਿਰ ਅਤੇ ਹੁਣ ਦੇਖੋ ਅੱਗੇ ਕੀ ਹੁੰਦਾ ਤੁਸੀਂ ਸੋਚੋ ਕਿ ਇਹ ਜੀ ਆਪਾਂ ਕਿਹਾ ਇਹਨੂੰ ਕਰੋ ਨਾ ਜੀ ਨਾ ਮੈਡਮ ਜੀ ਆਪ ਹੀ ਹੋਈ ਹੈ ਰਾਸ਼ਨ ਸਾਨੂੰ ਕੀ ਲੈਣਾ ਸਾਨੂੰ ਕੀ ਲੈਣਾ ਵਾਹ ਸਾਨੂੰ ਬੱਚਿਆਂ ਛੋਟਾ ਸਾਈਜ਼ ਨਹੀਂ ਹੈਗਾ ਸੈਨੂਰ ਦੀ ਸਾਈਜ਼ ਵੱਡਾ ਲੈਣਾ ਆ
ਤੇ ਉਹ ਚੱਲੇ ਆਪਾਂ ਸੈਨੂਰ ਦਾ ਕਰਾ ਲੈਣੇ ਚੇਂਜ ਜਿਹੜੀ ਆਪਾਂ ਸੇਮ ਟੀ-ਸ਼ਰਟ ਲਈ ਸੀ ਨਾ ਸਾਰਿਆਂ ਦੀ ਤਿੰਨਾਂ ਦੀ ਆਪਣੀ ਤਿੰਨਾਂ ਦੀ ਟੀ-ਸ਼ਰਟ ਥੋੜੀ ਸੀ ਮੇਰਾ ਤਾਂ ਤੁਸੀਂ ਪਜਾਮਾ ਲਿਆ ਹੈਗਾ ਟੀ-ਸ਼ਰਟ ਤਾਂ ਸੀ ਟੀ-ਸ਼ਰਟ ਵੀ ਲਈ ਤੁਹਾਡੇ ਲਈ ਮੈਂ ਤਾਂ ਟੀ-ਸ਼ਰਟ ਦੇਖੀ ਨਹੀਂ ਦੇਖੀ ਨਹੀਂ ਨਾ ਪਰ ਮੈਂ ਲਈ ਹੈ ਮੈਂ ਤਾਂ ਰਹਿ ਗਈ ਸੈਨੂਰ ਮੇਰੇ ਕੋਲ ਤਾਂ ਸ਼ਾਪਿੰਗ ਹੀ ਨਹੀਂ ਕਰਾਈ ਕਿਸੇ ਨੇ ਸੈਨੂਰ ਅੱਜ ਹਮ ਆਪਕੋ ਨਿਊ ਪਲੇ ਗਰਾਊਂਡ ਲੈ ਕੇ ਚਲੇ ਤੁਹਾਨੂੰ ਦੇਖਤੇ ਹੈ ਨਿਊ ਵਾਲਾ ਪਲੇ ਗਰਾਊਂਡ ਕਿੱਦਾਂ ਦਾ ਅੱਜ ਆਪਾਂ ਇੱਧਰ ਆਏ ਆ ਪੀਪੀਆਰ ਵਾਲੀ ਸਾਈਡ ਤੇ ਦੇਖਦੇ ਹਾਂ ਕਿ ਕਿੱਦਾਂ ਦੀ ਹੈ ਮੈਨੂੰ ਲੱਗਦਾ ਸ਼ਾਇਦ ਦੁਬਈ ਵੀ ਯੂਨੀਵਰਸਲ ਸਟੂਡੀਓ ਬਣਨਾ ਕਰੇ ਆਪਾਂ ਜੀ ਆਏ ਆ ਅੱਜ ਜਲੰਧਰ ਦਾ ਜਲੰਧਰ ਦੀ ਵਨ ਆਫ ਦਾ ਮਸ਼ਹੂਰ ਮਾਰਕੀਟ ਪੀਪੀਆਰ ਮਾਰਕੀਟ ਬਹੁਤ ਘੱਟ ਟਾਈਮ ਦੇ ਵਿੱਚ ਮਸ਼ਹੂਰ ਹੋ ਗਈ ਹੈ ਪੀਪੀਆਰ ਤੇ ਆ ਹੈਗਾ ਪੀਪੀਆਰ ਦੇ ਵਿੱਚ ਬਣਿਆ ਹੋਇਆ ਮਾਲ ਇਹ ਆਪਾਂ 10ਵੀਂ 12ਵੀਂ ਚ ਪੜ੍ਹਦੇ ਹੁੰਦੇ ਸੀਗੇ ਉਦੋਂ ਆ ਦੇਖਦੇ ਹੁੰਦੇ ਸੀਗੇ ਕਿ ਯਾਰ ਇਹ ਮਾਲ ਬਣਦਾ ਵਾ ਇੱਥੇ ਪਰ ਇਹ ਮਾਲ 'ਤੇ ਪਤਾ ਨਹੀਂ ਕਿੱਥੇ ਲੱਗ ਗਿਆ ਕਿ ਇਹਨਾਂ ਨੇ ਬਣਾਉਣਾ ਛੱਡਤਾ ਸੀ ਕਿ ਹੁਣ ਜਦੋਂ ਇੱਕੋ ਦਮ ਇੱਥੇ ਆਬਾਦੀ ਵਧੀ ਨਾ ਤਾਂ ਇੱਕੋ ਦਮ ਮਾਲ ਵੀ ਬਣ ਗਿਆ ਇਹਦੀਆਂ ਸੁਣ ਲਓ ਜੀ ਇਹਦੀਆਂ ਸੁਣ ਲਓ ਹੁਣ ਆਪਾਂ ਸਾਡਾ ਇੱਥੇ ਆਪਾਂ ਕਿਉਂ ਚੱਲੇ ਟਾਈਮ ਪਾਸ ਕਰਨ ਟਾਈਮ ਪਾਸ ਕਰਨ ਚੱਲੇ ਹਾਂ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਕਿ ਇਹਦੇ ਬੇਸਮੈਂਟ ਦੇ ਵਿੱਚ ਨਾ ਪਲੇ ਗਰਾਊਂਡ ਹੈ ਇੱਕ ਜਿਹੜਾ ਸੈਨੂਰ ਨੇ ਕਦੀ ਵਿਜ਼ਿਟ ਨਹੀਂ ਕੀਤਾ ਤਾਂ ਸੈਨੂਰ ਲੈ ਕੇ ਚੱਲੇ ਆਪਾਂ ਉਹਦੇ ਪਲੇ ਗਰਾਊਂਡ ਆਪਾਂ ਕਾ ਚੱਲੋ ਉਹਨੇ ਦੇਰ ਟਾਈਮ ਪਾਸ ਕਰ ਲਈਏ ਟਾਈਮ ਪਾਸ ਹੋ ਜੂਗਾ ਆਊਟਿੰਗ ਹੋ ਜਾਏਗੀ ਕਹਿੰਦੀ ਕਹਿੰਦੀ ਕਮੈਂਟ ਮੈਂ ਬਤਾਓ ਇਹ ਕੌਣ ਸਾ ਪਲੇ ਗਰਾਊਂਡ ਹੈ ਵੱਡੀ ਯੂਟਿਊਬਰ ਇਹਨਾਂ ਵਧੀਆ ਹੋ ਗਿਆ ਸੈਨੂਰ ਆਪਣਾ ਖੇਡ ਲੈਣਾ ਸੀ ਆਪਣਾ ਖੇਡ ਲੈਣਾ ਇਹ ਸਹੀ ਹੈ ਤਾਂ ਸਿੰਗਾਪੁਰ ਚੇਤੇ ਆ ਗਿਆ ਜਿੱਦਾਂ ਸਿੰਗਾਪੁਰ ਦੇ ਵਿੱਚ ਆਪਾਂ ਗਏ ਸੀਗੇ ਨਾ ਤਾਂ ਸਿੰਗਾਪੁਰ ਦੇ ਵਿੱਚ ਇੱਦਾਂ ਹੀ ਸੀਗਾ ਇੱਧਰ ਆ ਜਾਓ ਘੁੰਮਣ ਘਾਮਣ ਨੂੰ ਇੱਦਾਂ ਸੀਗਾ ਬੱਚਿਆਂ ਨੇ ਖੇਡਣ ਨੂੰ ਬਹੁਤ ਵਧੀਆ ਸੀਗਾ ਆਪਾਂ ਗਏ ਸੀਗੇ ਜਦੋਂ ਸਿੰਗਾਪੁਰ ਦਾ ਬਲੌਗ ਵਾਲਾ ਦੇਖਿਆ ਹੋਊਗਾ ਅਗਰ ਨਹੀਂ ਦੇਖਿਆ ਤਾਂ ਇੱਧਰ ਉੱਪਰ ਮੈਂ ਟੈਗ ਕੀਤਾ ਹੋਊਗਾ ਦੇਖ ਲਿਓ ਬਹੁਤ ਵਧੀਆ ਸੀਗਾ ਉਹ ਵੀ ਬੜਾ ਮਜ਼ਾ ਆਇਆ ਸੀਗਾ ਹੈ ਨਾ ਸਿੰਗਾਪੁਰ ਬਸ ਖਾਣਾ ਨਹੀਂ ਸੀ ਸਵਾਦ ਬਿਲਕੁਲ ਜਮਾ ਹੀ ਬੇਕਾਰ ਦਸਾਂ ਚੋਂ ਚਾਰ ਨੰਬਰ ਆ ਚਾਰ ਵੀ ਨਹੀਂ ਇਹ ਦਸਾਂ ਚੋਂ ਚਾਰ ਵੀ ਮੈਂ ਤਾਂ ਦਿੱਤਾ ਕਿਉਂਕਿ ਗੇਮਾਂ ਠੀਕ ਧੱਕਾ ਕਿੰਨੇ ਪੈਸੇ ਕਿੰਨੇ ਲੱਗੇ ਮਤਲਬ ਮੈਂ ਕਹੂੰਗੀ ਬਿਗਿਨਰ ਵੀ ਵਧੀਆ ਬਣਾ ਲੂਗਾ ਜਿੱਦਾਂ ਦਾ ਪਾਸਤਾ ਸੀ ਖਰਾਬ ਲੱਗਣ ਡਿਆ ਮਨ ਖਰਾਬ ਹੋਣ ਡਿਆ ਹੁਣ ਤੇ ਨੋਟੋਰੀਅਸ ਜੱਟ ਆ ਗਏ
दो रिंग्स आ एक ता आया एक आया एक दोवे रिंग्स जड़ी आया वो है कि आप पेरेंट्स ज्वेलर्स तो जरूर जाओ नवा शोरूम खुलन लगा नवा शोरूम खुलन लगा पाई दा ते केडी केडी दी कंपनी है फर्स्ट नो फर्स्ट नो बाय डेवलपर फर्स्ट नो आज फर्स्ट अप्रैल फर्स्ट अप्रैल फर्स्ट अप्रैल लो जी गाइस आप घर पहुंच गए हैं तो चेंज चूंज करके हम बैठे हैं आप लॉबी च अपनी तो शीना कुछ अपनिया फड़िया सुना दी है फड़िया तो की सुना दी पई है पर जे मैं तुम हम टाइम दिखावा तो टाइम की हो गया वो देखो एक बजा आई इतने बैठे इतने वधिया इतने बह के फोन तो नहीं चलाने मैं गल करना मामा पापा गए हुए हिमाचल घूमन घूमन तो नहीं गए सॉरी बट कि काम नु गए अर्जेंट देखो राती डेढ़ बजे इन कोई आखर आई है देखो यार इधर आके दिखाओ इधर फेस दिखाना इधर आके दिखाओ खड़े हो जाओ खड़े होकर दिखाओ ना नॉर्मल और देखो कुड़ी ने अपना आई मेकअप किया जी ब्लशर ब्लूशर ला वाओ सैनूर वाओ टाटा भला हो जी जीना ओ जीना मेकअप देखिए इसका सोफे की पेंटिंग की है सोफे की मैं ये गया कर ले देख ले देख ले थोड़ी गाइस की होया मैं खाना मैं रोटी ठीक है ते रोटी ते मैं ते सैनूर दो मिनट खा लिया दो रोटियां बनाई ज्यादा नहीं
ਤੇ ਦੋ ਰੋਟੀਆਂ ਦੇ ਪਿੱਛੋਂ ਇੱਕ ਰੋਟੀ ਜਿਹੜੀ ਆ ਸੈਨੂਰ ਖਾਣ ਲੱਗ ਪਈ। ਮੈਂ ਕਿਹਾ ਚੱਲ ਬੱਚੇ ਖਾ ਲਾ, ਕੋਈ ਗੱਲ ਨਾ ਖਾ ਲਾ ਮੇਰੇ, ਹੈ ਨਾ। ਹੁਣ ਰੋਟੀ ਗਈ ਘੱਟ ਅਤੇ ਇਹ ਮੈਡਮ ਬੈਠੀ ਨਾਲ ਮੇਰੇ, ਰਵਨੀਤ ਕੌਰ, ਸ਼੍ਰੀ ਸ਼੍ਰੀ ਬਾਬਾ ਜੀ ਇੱਥੇ ਪਈ ਸੀ ਮੈਨੂੰ। ਮੈਂ ਕਿਹਾ ਇੱਦਾਂ ਕਰ, ਇੱਕ ਦੋ ਰੋਟੀਆਂ ਹੋਰ ਬਣਾ ਲਾ, ਅਤੇ ਵੀ ਕੁੜੀ ਵੀ ਖਾਂਦੀ ਵੀ ਰੋਟੀ ਘੱਟ ਪੈ ਜਾਣੀ ਹੈ, ਮੈਂ ਵੀ ਖਾਣੀ ਹੈ, ਉਹਨੇ ਵੀ ਖਾਣੀ ਹੈ। ਕਹਿੰਦੀ ਨਹੀਂ ਯਾਰ, ਇੱਦਾਂ ਕਰੋ ਮੈਗੀ ਮੰਗਾਈ ਹੈ ਸ਼ੀਨਾ ਨੇ, ਸ਼ੀਨਾ ਨੇ ਮੈਗੀ ਮੰਗਾਈ ਹੋਈ ਹੈ ਤਾਂ ਮੈਗੀ ਖਾ ਲਓ। ਠੀਕ ਆ। ਹੁਣ ਸੈਨੂਰ ਕੌਰ ਸਾਡੀ ਛੋਟੀ ਇਹ ਸੁਣਦੀ ਹੋਣੀ ਆ ਗੱਲ ਨੂੰ, ਇਹਨੇ ਗਈ ਭੱਜੀ ਭੱਜੀ ਗਈ ਉੱਥੇ ਗਈ, ਰਹਿ ਤਾਂ ਬੱਚਾ ਹੀ ਬਾਬੇ ਦੇ। ਮੈਂ ਕਿਹਾ ਸੈਨੂਰ ਕੀ ਕਰਨ ਲੱਗਾ? ਕਹਿੰਦਾ ਪਾਪਾ ਮੈਂ ਬਣਾਉਂਦੀ ਹਾਂ ਤੁਹਾਡੇ ਲਈ ਰੋਟੀ। ਇਹ ਮੈਂ ਕਿਹਾ ਫਰਕ ਹੁੰਦਾ ਕੁੜੀ ਦੇ ਬੋਟੀ ਦੇ ਵਿੱਚ, ਇਹ ਫਰਕ ਹੁੰਦਾ, ਇਹ ਹੁੰਦਾ ਫਰਕ ਕੁੜੀ ਦੇ ਬੋਟੀ ਦੇ ਵਿੱਚ। ਔਰ ਇੱਥੇ ਮੇਰਾ ਪੁੱਤਰ। ਬਸ 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 ਬਸ, ਚਲੋ ਇਹ ਦੇਖੋ ਸੈਨੂਰ ਕੌਰ ਨੇ ਬਣਾਈ ਰੋਟੀ। ਮੈਂ ਕਹਿੰਦੀ 20 ਸਾਲ ਦੀਆਂ ਕੁੜੀਆਂ ਵੀ ਇੱਦਾਂ ਨਹੀਂ ਬਣਾ ਸਕੂਗੀਆਂ ਜਿੱਦਾਂ 5 ਸਾਲ ਦਾ ਮੇਰਾ ਬੱਚਾ ਬਣਾ ਰਿਹਾ। ਮੇਰਾ ਪਿਆਰਾ ਜਿਹਾ ਕਾਕਾ ਥੱਕ ਗਈ ਯਾਰ, ਮੈਂ ਸਿਰ ਦਰਦ ਹੋ ਗਿਆ ਮੇਰਾ। ਹਾਏ ਟਾਈਮ ਵੀ ਤਾਂ ਦੇਖੋ ਨਾ ਯਾਰ, 2 ਵੱਜ ਰਹੇ ਆ। ਠੀਕ ਹੈ ਜੀ, ਕਰ ਦੋ ਜੀ ਕਮੈਂਟ ਵੀ, ਕੁੜੀ ਨੇ ਕਹਿ ਦਿੱਤਾ। ਫੁੱਲ ਰਹੀ ਹੈ, ਅੱਛੀ ਬਣਾਈ ਹੈ ਨਾ ਆਪਣੇ, ਇਸ ਲਈ ਗਰਮ ਲੱਗ ਰਿਹਾ। ਵੈਰੀ ਗੁੱਡ ਸੈਨੂਰ, ਵੈਰੀ ਗੁੱਡ। ਸਾਰੇ ਜਣੇ ਸੈਨੂਰ ਦੀ ਐਪਰੀਸੀਏਸ਼ਨ ਕਰ ਦਿਓ, ਹੈ ਨਾ ਵੀ ਸੈਨੂ। Wow, Sanur, very good, Sanur. Chalo, ab meet kare. Mani. Chambi moti roti banayi hai na. Mani. Very good. ਰਾਤ ਦਾ ਟਾਈਮ ਦੇਖੋ ਜਰਾ, 2 ਵੱਜ ਚੁੱਕੇ ਨੇ ਤੇ ਪਿਓ ਧੀ ਰੋਟੀ ਖਾਣ ਦੇ ਬਹਿ ਕੇ। ਸੋ ਇਸੇ ਦੇ ਨਾਲ ਹੀ ਆਪਾਂ ਆਪਣਾ ਅੱਜ ਦਾ ਇਹ ਵਲੌਗ ਜਿਹੜਾ ਆ ਖਤਮ ਕਰਦੇ ਹਾਂ, ਅਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਏਗਾ। ਸੈਨੂਰ ਦੀ ਐਪਰੀਸੀਏਸ਼ਨ ਲਈ ਕਮੈਂਟ ਤਾਂ ਬਣਦਾ ਆ, ਠੀਕ ਹੈ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਬਾਏ ਬਾਏ।